ਸਤਿ ਸ਼੍ਰੀ ਅਕਾਲ। ਰੋਪੜ ਦੀ ਲਾਈਵ ਅਪਡੇਟ ਦੇ ਵਿੱਚ ਅੱਜ ਪਹਿਲੇ ਜਿਵੇਂ ਅਗਰ ਗੱਲ ਕਰੇ ਕਿ ਐਕਟਿਵ ਕੇਸਿਸ ਕਿੰਨੇ ਨੇ ਸਾਰੇ ਡਿਸਟ੍ਰਿਕਟ ਦੇ ਵਿੱਚ, ਉਹ ਹੁਣ 44 ਨੇ ਅਤੇ ਟੋਟਲ ਸੈਂਪਲ ਹੁਣ ਤੱਕ ਜਿਹੜੇ ਲਿੱਤੇ ਗਏ ਨੇ ਉਹ 18,584 ਨੇ। ਇਸ ਦੇ ਵਿੱਚ ਨੈਗੇਟਿਵ ਸੈਂਪਲ 17,848 ਨੇ। ਅਵੇਟਿਡ ਰਿਪੋਰਟਸ 653 ਦੀ ਹੈਗੀ। ਐਕਟਿਵ ਕੇਸਿਸ ਦੇ ਵਿੱਚ 44 ਕੇਸਿਸ ਨੇ, ਜਿਸ ਦੇ ਵਿੱਚ 5 ਕੇਸਿਸ ਅੱਜ ਨਵੇਂ ਆਏ ਨੇ। ਇਹ ਕੇਸ ਚਾਰ ਕੇਸ ਇੱਦਾਂ ਦੇ ਨੇ ਜਿਹੜੇ ਦੂਜੀ ਡਿਸਟ੍ਰਿਕਟ ਦੇ ਵਿੱਚ ਟੈਸਟ ਹੋਏ ਸੀਗੇ, ਲੇਕਿਨ ਸਾਡੇ ਡਿਸਟ੍ਰਿਕਟ ਦੇ ਵਿੱਚ ਐਡਰੈਸ ਹੋਣ ਕਾਰਨ ਜੋੜੇ ਗਏ ਨੇ। ਇਸ ਦੇ ਇਲਾਵਾ ਜੋ ਰਿਕਵਰਡ ਹੁਣ ਤੱਕ ਹੋ ਚੁੱਕੇ ਨੇ ਉਹ 149 ਕੇਸਿਸ ਨੇ ਜਿਹੜੇ ਹੁਣ ਤੱਕ ਰਿਕਵਰੀ ਹੋ ਚੁੱਕੀ ਹੈਗੀ। ਇਸ ਕਰਕੇ ਟੋਟਲ ਡਿਸਟ੍ਰਿਕਟ ਦੇ ਪੋਜ਼ਿਟਿਵ ਕੇਸਿਸ ਜਿਹੜੇ ਨੇ ਉਹ ਹੁਣ ਤੱਕ 196 ਦੇ ਹੋ ਚੁੱਕੇ ਨੇ। ਜੇਕਰ ਅਸੀਂ ਬ੍ਰੇਕਅਪ ਕਰੀਏ ਇਸ 44